الحمد لله الحمد لله رب العالمين والصلاة والسلام على رسوله الكريم وعلى آله وأصحابه وأهل بيته وأولياء أمته وعلماء اجمائی اما بعد فاعوذ باللہ من الشیطان الرجیم بسم اللہ الرحمن الرحیم لقد من اللہ علی المؤمنین اذ بعث فیہم رسولا صدق اللہ مولانا العظیم سارے بیلی عقیدت نال ایک دو مرتبہ درود شریف پڑھ لو الصلاۃ والسلام علیک یا نہایت ہی واجب الاحترام علماء کرام اور قابل قدر بزرگو دوستو عزیزو، اج دا اے پروگرام جشن عید میلاد النبی صلی اللہ علیہ وآلہ وسلم دے سلسلہ دے اندر ہے۔ تساں پنڈ والیاں نے بڑی عقیدت اور محبت دے نال اہتمام کیتا ہے، بزرگ دوست عزیز بڑی عقیدت نال دوروں نیڑیوں سن واسطے تشریف لے آئے ہو۔ حضرت علامہ مولانا آتف چشتی صاحب نال میں وعدہ کیتا، اللہ تعالیٰ توفیق دیتی میں بھی حاضر ہو گیا۔ اللہ تعالیٰ نبی پاک صلی اللہ علیہ وآلہ وسلم دا صدقہ اہتمام بھی قبول فرمائے، حاضری بھی قبول فرمائے، اللہ تمام دے گھر بار عمر رزق اندر اللہ خیر فرمائے۔ جنے مسلمان مرد اور چھوٹے بڑے فوت ہو چکے نے اللہ سب دی بخشش فرمائے۔ اج دے پروگرام اندر میں کچھ بیان کرن واسطے ایز اے موضوع ایز اے برکت
ਕੁਰਾਨ ਪਾਕ ਦੇ ਚੰਦ ਅਲਫਾਜ਼ ਤਲਾਵਤ ਕਰਨ ਦਾ ਸ਼ਰਫ ਹਾਸਲ ਕੀਤਾ ਹੈ। ਮੈਂ ਅੱਲਾ ਦੀ ਦਿੱਤੀ ਹੋਈ ਤੋਫੀਕ ਨਾਲ ਹਜ਼ੂਰ ਦਾ ਸਦਕਾ ਕੁਛ ਬਿਆਨ ਕਰਨਾ ਚਾਹਨਾ ਔਰ ਕਰਾਂਗਾ ਅੱਲਾ ਦੇ ਫਜ਼ਲ ਨਾਲ। ਤੁਹਾਡੀ ਖਿਦਮਤ 'ਚ ਗੁਜ਼ਾਰਿਸ਼ ਹੈ, ਜਦੋਂ ਵੀ ਤਕਰੀਰ ਸੁਣੀਏ ਤਵੱਜੋ ਦੇ ਨਾਲ ਸੁਣੀਏ, ਜਦੋਂ ਤਵੱਜੋ ਦੇ ਨਾਲ ਸੁਣੀਏ ਉਦੋਂ ਸਮਝ ਆਉਂਦੀ ਹੈ, ਜਦੋਂ ਸਮਝ ਆਏ ਉਦੋਂ ਈਮਾਨ ਤਾਜ਼ਾ ਹੁੰਦਾ ਹੈ, ਇਹ ਕਫੀਅਤ ਹੁੰਦੀ। ਇਸ ਵਾਸਤੇ ਜਿਹੜੇ ਬੱਚੇ ਪਿਆਰੇ ਪਿਆਰੇ ਬੈਠੇ ਹੋ, ਬੇਟਾ ਤੁਸੀਂ ਸੁਭਾਨ ਅੱਲਾ ਬੇਸ਼ੱਕ ਹੌਲੀ ਆਖੋ, ਬਜ਼ੁਰਗ ਬੰਦੇ ਵੀ ਬੇਸ਼ੱਕ ਖਾਮੋਸ਼ੀ ਨਾਲ ਬੈਠੇ ਰਹੋ, ਆਪਣੀ ਸਿਹਤ ਦੇ ਮੁਤਾਬਕ ਸੁਭਾਨ ਲਾਉਂਦੇ ਰਹੋ ਜਾਂ ਨਾ ਆਉਂਦੇ ਰਹੋ। ਮਕਸਦ ਇਹ ਕਿ ਮੈਂ ਕੁਛ ਬਿਆਨ ਕਰਾਂ ਅਤੇ ਤੁਸੀਂ ਉਹਨੂੰ ਤਵੱਜੋ ਦੇ ਨਾਲ ਸੁਣੋ। ਅਤੇ ਫਿਰ ਹੀ ਮੇਰੇ ਆਉਣ ਦਾ ਫਾਇਦਾ ਹੈ ਅਤੇ ਤੁਹਾਨੂੰ ਸੁਣਨ ਦਾ ਫਾਇਦਾ ਹੈ। ਮੈਂ ਜਿਹੜੇ ਕੁਰਾਨ ਪਾਕ 'ਚੋਂ ਚੰਦ ਅਲਫਾਜ਼ ਤਲਾਵਤ ਕੀਤੇ, ਅੱਲਾ ਫਰਮਾਉਂਦਾ ਲਾਕਦ, ਲਾਮ ਵੀ ਤਾਕੀਦ ਹੈ ਅਤੇ ਕਦ ਵੀ ਤਾਕੀਦ ਹੈ। ਗੁਫ਼ਤਗੂ ਹੁਣ ਸ਼ੁਰੂ ਹੋ ਗਈ ਹੈ, ਤੁਸੀਂ ਤਵੱਜੋ ਕਰਨੀ ਹੈ। ਸਾਰਿਆਂ ਮੁਸਲਮਾਨਾਂ ਦਾ ਅਕੀਦਾ ਹੈ ਕਿ ਅੱਲਾ ਦਾ ਕਲਾਮ ਹੱਕ ਏ ਅਤੇ ਸੱਚ ਏ। ਅੱਲਾ ਫਰਮਾਂਦਾ ਵੱਲਾਜ਼ੀ ਜਾ ਬੀ ਸਿਦਕ, ਇਹ ਹੱਕ ਏ। ਬਲਕਿ ਮੁਸਲਮਾਨ ਦਾ ਅਕੀਦਾ ਇਹ ਹੋਣਾ ਚਾਹੀਦਾ ਕਿ ਕੁਰਾਨ ਪਾਕ 'ਚ ਕੋਈ ਐਸਾ ਮਕਾਮ ਨਹੀਂ ਜਿਹਦੇ 'ਚ ਅਸੀਂ ਸ਼ੱਕ ਵੀ ਕਰੀਏ। ਕੁਰਾਨ ਐਲਾਨ ਕਰਦਾ ਏ, ਅੱਲਾ ਫਰਮਾਂਦਾ ਲਾ ਰਏ ਬਾਫੀ, ਮੁਸਲਮਾਨੋ ਸ਼ੱਕ ਵੀ ਨਾ ਕਰਿਆ, ਜੇ ਪਤਾ ਲੱਗਾ ਇਨਕਾਰ ਕਰਨਾ ਤਾਂ ਬਹੁਤ ਬੁਰੀ ਬਾਤ ਏ। ਕੁਰਾਨ ਪਾਕ ਦੇ ਕਿਸੇ ਮਕਾਮ 'ਤੇ ਸ਼ੱਕ ਕਰਨਾ ਵੀ ਮਨ੍ਹਾ ਏ। ਅਗਰ ਕੋਈ ਬੰਦਾ ਸ਼ੱਕ ਕਰੇ ਤੇ ਲਾ ਰਏ ਬਾਫੀ ਦਾ ਇਨਕਾਰ ਹੋ ਜਾਏਗਾ, ਨਸੇ ਕਤੀ ਦਾ ਇਨਕਾਰ, ਈਮਾਨ ਜ਼ਾਇਆ ਕਰ ਦੇਵੇਗਾ। ਗੱਲ ਦੀ ਸਮਝ ਆਈ? ਸ਼ੱਕ ਦੀ ਵੀ ਗੁੰਜਾਇਸ਼ ਨਹੀਂ ਜਿਹੜਾ ਅੱਲਾ ਨੂੰ ਮੰਨਦਾ ਹੈ ਅਤੇ ਅੱਲਾ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੂੰ ਮੰਨਦਾ ਹੈ, ਕਲਮਾ ਤਈਬਾ ਨੂੰ ਮੰਨਦਾ ਹੈ, ਅੱਲਾ ਦੀ ਤੋਹੀਦ ਔਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਰਸਾਲਤ 'ਤੇ ਈਮਾਨ ਰੱਖਦਾ ਹੈ। ਇਨਕਾਰ ਕਰਨਾ ਤਾਂ ਦੂਰ ਦੀ ਗੱਲ ਏ, ਉਹਨੂੰ ਕੁਰਾਨ ਦੇ ਅੰਦਰ ਸ਼ੱਕ ਵੀ ਨਹੀਂ ਕਰਨਾ ਚਾਹੀਦਾ। ਜਿਹੜੀ ਚੀਜ਼ ਅੱਲਾ ਤਾਲਾ ਨੇ ਕੁਰਾਨ ਪਾਕ ਅੰਦਰ ਰੋਜ਼ੇ ਰੋਸ਼ਨ ਦੀ ਤਰ੍ਹਾਂ ਬਿਆਨ ਕਰ ਛੱਡੀ ਏ, ਈਮਾਨ ਵਾਲਾ ਹੋਵੇ ਜਿਹੜਾ ਫੌਰਨ ਮੰਨ ਲਵੇ। ਸਮਝ ਆ ਗਈ? ਮਗਰ ਇਸ ਦੇ ਬਾਵਜੂਦ ਕੁਰਾਨ ਪਾਕ ਪੜ੍ਹੋ, ਹੈ ਤੇ ਸਾਰਾ ਅੱਲਾ ਦਾ ਕਲਾਮ ਮਗਰ ਅੰਦਾਜ਼ੇ ਬਿਆਨ ਮੁਖਤਲਿਫ ਨੇ। ਮਸਲਨ ਕਿਤੇ ਅੱਲਾ ਫਰਮਾਂਦਾ ਯਾ ਯੁਹੱਲਾ ਜ਼ੀਨਾ ਆਮਾਨੂ, ਇੱਕ ਅੰਦਾਜ਼ ਇਹ ਵੀ ਏ, ਐ ਈਮਾਨ ਵਾਲਿਓ, ਅੱਗੇ ਹੁਕਮ ਹੁੰਦਾ ਹੈ ਇਹ ਕੰਮ ਕਰੋ ਜਾਂ ਨਾ ਕਰੋ। ਯਾ ਯੁਹੱਲਾਜ਼ੀਨ ਆਮਨੂ ਕੁਤਿਬਾ ਅਲੈਕੁਮ ਸਿਆਮ, ਯਾ ਯੁਹੱਲਾਜ਼ੀਨ ਆਮਨੂ ਆਮਨੂ ਤਕੁੱਲਾ ਵਬਤਗੂ ਅਲੈਲ ਵਸੀਲਾ, ਯਾ ਯੁਹੱਲਾਜ਼ੀਨ ਆਮਨੂ ਸਤਾਈਨੂ ਬਿਸਬਰੇ ਵਸਲਾਤ, ਯਾ ਯੁਹੱਲਾਜ਼ੀਨ ਆਮਨੂ ਲਾ ਤਕੂਲੂ ਰਾਇਨਾ ਵਕੂਲੂ ਨੁਰਨਾ, ਯਾ ਯੁਹੱਲਾਜ਼ੀਨ ਆਮਨੂ ਸਤਜੀਬੂ ਲਿਲਾਹਿ ਵਲਿਰ ਰਸੂਲ। ਇੰਜ ਮੈਂ ਕੁਰਾਨ ਪੜ੍ਹਦਾ ਰਵਾਂਗਾ, ਮੈਨੂੰ ਵੀ ਸਵਾਬ ਹੋਣਾ ਤੇ ਤੁਹਾਨੂੰ ਵੀ ਸਵਾਬ ਹੋਣਾ। ਮਗਰ ਇੱਕ ਗੱਲ ਲੰਬੀ ਵੀ ਹੋ ਜਾਏਗੀ, ਜਦੋਂ ਲੰਬੀ ਗੱਲ ਹੋ ਜਾਏ ਤੇ ਉਲਝਾਓ ਵੀ ਹੁੰਦਾ ਹੈ। ਇਸ ਵਾਸਤੇ ਮੈਂ ਚਾਹੁੰਦਾ ਤੁਹਾਡੇ ਸਾਹਮਣੇ ਇੱਕ ਖੁਲਾਸਾ ਜਿਹਾ ਬਿਆਨ ਕਰ ਦੇਵਾਂ ਕਿ ਹਰ ਬੰਦਾ ਮਸਲੇ ਨੂੰ ਸਮਝ ਸਕੇ। ਕਿਤੇ ਇੰਜ ਕਹਿ ਲਓ, ਖੁਲਾਸਾ ਇਹ ਵੇ ਕਿ ਅੱਲਾ ਫਰਮਾਂਦਾ ਐ ਈਮਾਨ ਵਾਲਿਓ, ਇੰਜ ਵੀ ਐਤਾਂ ਮਿਲਦੀਆਂ ਨੇ। ਕਿਤੇ ਅੱਲਾ ਫਰਮਾਂਦਾ ਐ ਲੋਗੋ, ਇਹ ਵੀ ਐਤਾਂ ਮਿਲਦੀਆਂ ਨੇ। ਕਿਤੇ ਅੱਲਾ ਫਰਮਾਂਦਾ ਐ ਕਾਫਰੋ, ਇਹ ਵੀ ਐਤਾਂ ਮਿਲਦੀਆਂ ਨੇ। ਕਿਤੇ ਅੱਲਾ ਫਰਮਾਂਦਾ ਕੁੱਲ,
ਮਹਬੂਬਾ ਇਹਨਾਂ ਲੋਕਾਂ ਨੂੰ ਕਹਿ ਦੇ। ਇਹ ਵੀ ਐਤਾਂ ਮਿਲਦੀਆਂ ਨੇ ਕਿਤੇ ਅੱਲਾਹ ਤਾਲਾ ਜ਼ਮੀਰ ਖਿਤਾਬ ਫਰਮਾਇਆ। ਮਸਲਨ ਵਮਾਰ ਸਲਨਾ ਕਾ ਇਨਾਰ ਸਲਨਾ ਕਾ ਫਲਾ ਵ ਰੱਬੀ ਕਾ ਵਲਉ ਅੰਨਹੁਮ ਇਜ਼ਲਮੂ ਅਨਫੁਸਹੁਮ ਜਾਊ ਕਾ ਇਨਾ ਆਤਵੈਨਾ ਕਲ ਕੌਸਰ ਵਰਫਾ ਨਾ ਲਾਕਾ ਦੀ ਕਰਕ ਅਲਮ ਨਸ਼ਰਾ ਲਾਕਾ ਸਦਰਾ ਕਾ। ਇਹ ਵੀ ਐਤਾਂ ਮਿਲਦੀਆਂ ਨੇ, ਮਗਰ ਮੈਂ ਜਿਹੜੇ ਚੰਦ ਅਲਫਾਜ਼ ਤਲਾਵਤ ਕੀਤੇ ਨੇ ਇਹ ਜਿਹੀਆਂ ਐਤਾਂ ਹੋਰ ਵੀ ਐਣ ਕਿਤੇ। ਹਜ਼ਰਤ ਬੜੀ ਤਵਜੋ, ਕਿਤੇ ਰੱਬ ਬਿਆਨ ਕਰਨ ਲੱਗਿਆ ਫਰਮਾਉਂਦਾ ਕਦ, ਕਿਤੇ ਬਿਆਨ ਕਰਨ ਲੱਗਿਆ ਫਰਮਾਉਂਦਾ ਲਾ ਕਦ, ਕਿਤੇ ਬਿਆਨ ਫਰਮਾਉਂਦਾ ਇੰਨਾ। ਇਹ ਜਿਹੀਆਂ ਐਤਾਂ ਵੀ, ਮਸਲਨ ਲਕਦ ਜਾਕੁਮ ਰਸੂਲੁਮ ਮਿਨ ਅਨਫੁਸਿਕੁਮ ਅਜ਼ੀਜ਼ੁਨ ਅਲੈਹੀ ਮਾ ਅਨਿਤੁਮ ਹਰੀਸੁਨ ਅਲੈਕੁਮ ਬਿਲ ਮੂਮਿਨੀਨਾ ਰਊਫੁਰ ਰਹੀਮ। ਇੱਥੇ ਰੱਬ ਨੇ ਲਕਦ ਫਰਮਾਇਆ, ਕਿਤੇ ਰੱਬ ਨੇ ਫਰਮਾਇਆ ਲਕਦ ਰਜ਼ੀ ਅੱਲਾਹੁ ਅਨਿਲ ਮੂਮਿਨੀਨ, ਇੱਥੇ ਵੀ ਲਕਦ ਦੇ। ਕਿਤੇ ਰੱਬ ਫਰਮਾਉਂਦਾ ਕਦ ਜਾਕੁਮ ਬੁਰਹਾਨੁ ਮਿਨ ਰੱਬਿਕੁਮ, ਇੱਥੇ ਕਦ ਦੇ। ਕਿਤੇ ਅੱਲਾਹ ਫਰਮਾਉਂਦਾ ਕਦ ਜਾਕੁਮ ਮਿਨ ਅੱਲਾਹਿ ਨੂਰੁਮ ਵ ਕਿਤਾਬ ਮੁਬੀਨ, ਇੱਥੇ ਵੀ ਕਦ ਦੇ। ਕਿਤੇ ਰੱਬ ਫਰਮਾਉਂਦਾ ਇਨਾ ਅਰਸਲਨਾ ਕਸ਼ਾਹਿਦੰ ਵ ਮੁਬਸ਼ਿਰੰ ਵ ਨਜ਼ੀਰਾ ਲੇ ਤੂ ਮੈਨੂੰ ਬਿੱਲਾਹਿ ਵ ਰਸੂਲਹਿ ਵ ਤੁਅਜ਼ਿਰੂਹੁ ਵ ਤੁਵੱਕਿਰੂਹੁ ਵ ਤੁਸੱਬਿਹੂਹੁ ਬੁਕਰਾ ਤੰਵਾ ਸੀਲਾ, ਇੱਥੇ ਰੱਬ ਨੇ ਇੰਨਾ ਪਹਿਲੇ ਫਰਮਾਇਆ। ਇਸੇ ਤਰ੍ਹਾਂ ਇਨ ਅੱਲਾਹ ਵ ਮਲਾਇਕਤ ਯੁਸੱਲੂਨਾ ਅਲਨ ਨਬੀ ਯਾ ਅਯੁਹਲ ਲਜ਼ੀਨ ਆਮਨੂ ਸੱਲੂ ਅਲੈਹੀ ਵ ਸੱਲਿਮੂ ਤਸਲੀਮਾ। ਮੇਰਾ ਖਿਆਲ ਹੈ ਬਜ਼ੁਰਗੋ, ਦੋਸਤੋ, ਅਜ਼ੀਜ਼ੋ, ਤੁਸੀਂ ਮੇਰੀ ਬਾਤ ਸਮਝ ਗਏ ਹੋ। ਕਿਤੇ ਇਹ ਲੋਗ ਹੋਵੇ, ਕਿਤੇ ਇਹ ਕਾਫਰ ਹੋਵੇ, ਕਿਤੇ ਇਹ ਮੋਮਨ ਹੋਵੇ, ਕਿਤੇ ਰੱਬ ਨੇ ਕੁੱਲ ਫਰਮਾਇਆ, ਕਿਤੇ ਜ਼ਮੀਰ ਖਿਤਾਬ ਫਰਮਾਇਆ, ਅਤੇ ਇਹ ਐਤਾਂ ਉਹਨੇ ਰੱਬ ਫਰਮਾਉਂਦਾ ਲਾਕਦ। ਹਾਲਾਂਕਿ ਕੁਰਾਨ ਮੈਂ ਇਬਤਦਾ ਚਰਜ਼ ਕੀਤਾ ਲਾ ਰਹੇ ਬਾਫੀ ਵੱਲਦੀ ਜਾ ਬੀ ਸਿਦਕ, ਇਸ ਦੇ ਬਾਵਜੂਦ ਰੱਬ ਫਰਮਾਉਂਦਾ ਤਹਕੀਕ ਤਹਕੀਕ। ਇੱਕ ਗੱਲ ਯਾਦ ਰੱਖਿਆ ਜੇ, ਤਹਕੀਕ ਵਹਾਂ ਬਿਆਨ ਕੀ ਜਾਤੀ ਹੈ ਜਹਾਂ ਤਨਕੀਦ ਕਾ ਇਤਮਾਲ ਪਾਇਆ ਜਾਏ। ਅਸੀਂ ਪੜ੍ਹਦੇ ਵੀ ਰਹੇ ਹਾਂ, ਇਹ ਛੋਟੀ ਕਲਾਸ 'ਚ ਹੁੰਦੇ ਸਨ ਅਤੇ ਮੈਂ ਵੱਡੀ ਕਲਾਸ 'ਚ ਹੁੰਦਾ ਸਾਂ, ਮੀਆਂ ਸਾਹਿਬ ਵੀ ਅਤੇ ਵੀ। ਤਹਕੀਕ ਵਹਾਂ ਬਿਆਨ ਕੀ ਜਾਤੀ ਹੈ ਜਹਾਂ ਤਨਕੀਦ ਕਾ ਇਤਮਾਲ ਪਾਇਆ ਜਾਏ। ਜਿਹੜਾ ਵਕਤ ਗੁਜ਼ਰ ਗਿਆ ਰੱਬ ਉਹ ਵੀ ਜਾਣਦਾ, ਜਿਹੜਾ ਮੌਜੂਦ ਹੈ ਰੱਬ ਉਹ ਵੀ ਜਾਣਦਾ ਹੈ। ਕਿਆਮਤ ਤੱਕ ਜਿਹਨੇ ਜੰਮਣਾ, ਜੋ ਬੋਲਣਾ, ਜੋ ਕਰਨਾ ਹੈ ਰੱਬ ਉਹ ਵੀ ਜਾਣਦਾ ਹੈ। ਰੱਬ ਨੂੰ ਪਤਾ ਸੀ ਕੁਝ ਗੱਲਾਂ ਐਸੀਆਂ ਨੇ ਜਿੱਥੇ ਮੌਲਵੀ ਆਪਣੀਆਂ ਤਹਕੀਕਾਂ ਬਿਆਨ ਕਰਨਗੇ, ਹਾਲਾਂਕਿ ਜ਼ਰੂਰਤ ਨਹੀਂ। ਜਿਹੜੀ ਚੀਜ਼ ਕੁਰਾਨੇ ਪਾਕ 'ਚ ਰੋਜ਼ੇ ਰੋਸ਼ਨ ਦੀ ਤਰ੍ਹਾਂ ਸਾਹਮਣੇ ਆ ਜਾਏ, ਹਜ਼ੂਰ ਦੇ ਫਰਮਾਨ 'ਚ ਰੋਜ਼ੇ ਰੋਸ਼ਨ ਦੀ ਤਰ੍ਹਾਂ ਸਾਹਮਣੇ ਆ ਜਾਏ, ਉਹਦੇ ਤਹਕੀਕਾਂ ਦੀ ਲੋੜ ਨਹੀਂ ਹੁੰਦੀ। ਅਤੇ ਰੱਬ ਨੇ ਫਰਮਾਇਆ ਲਾ ਕਦ, ਡਬਲ ਤਹਕੀਕ ਫਰਮਾਈ, ਫਰਮਾਇਆ ਤਹਕੀਕ ਤਹਕੀਕ। ਮਤਲਬ ਇਹ ਵੇ ਰੱਬ ਨੂੰ ਪਤਾ ਸੀ ਦੁਨੀਆ ਤੇ ਕਰੋੜਾਂ ਮੌਲਵੀ ਹੋਣਗੇ ਜਿਹੜੇ ਆਪਣੀਆਂ ਤਹਕੀਕਾਂ ਬਿਆਨ ਕਰਨਗੇ, ਹਾਲਾਂਕਿ ਇੱਥੇ ਲੋੜ ਕੋ ਨਹੀਂ। ਗੱਲ ਸਿੱਧੀ ਸਿੱਧੀ ਸਾਹਮਣੇ ਵੇ, ਜਿਵੇਂ ਸੂਰਜ ਚੜ੍ਹੇ ਤੇ ਦਿਸਦਾ ਹੁੰਦਾ ਹੈ, ਇਵੇਂ ਇਹ ਮਸਲਾ ਸਾਰਿਆਂ ਦੇ ਸਾਹਮਣੇ ਵੇ। ਮਗਰ ਰੱਬ ਨੂੰ ਪਤਾ ਸੀ ਕੋਈ ਵਲੇ ਪਾਉਣ ਵਾਲੇ ਵੀ ਲੋਕ ਹੋਣਗੇ। ਰੱਬ ਨੇ ਫਰਮਾਇਆ ਜੇ ਤੇ ਮੈਨੂੰ ਮੰਨਣਾ ਨਾ, ਮੌਲਵੀਆਂ ਦੀਆਂ ਤਹਕੀਕਾਂ ਛੱਡ ਦਈ, ਜੋ ਮੈਂ ਬਿਆਨ ਕਰਨਾ ਉਹਦੇ ਤੇ ਈਮਾਨ ਰੱਖੀ। ਮਾਸ਼ਾਅੱਲਾ ਬੜਾ ਸੋਹਣਾ ਇਹਨਾਂ ਨਾਰਾ ਮਾਰਿਆ, ਬਦਰਾ ਘੱਟ ਨਾਰੇ ਮਾਰਨਾ, ਮੈਂ ਮਸਲਾ ਕਲੀਅਰ ਕਰ ਲਾਂ। ਹਜ਼ਰਾਤ ਤਵੱਜੋ ਤਵੱਜੋ ਰੱਖੀਓ, ਮੈਂ ਇਹ ਲਫ਼ਜ਼ ਪਤਾ ਕਿਉਂ ਬੋਲੇ? ਦੇਖੋ ਨਾ, ਇੱਕ ਮੌਲਵੀ ਤਹਕੀਕ ਕਰੇ, ਦੂਜਾ ਮੌਲਵੀ ਕਵੇ ਮੇਰੀ ਤਹਕੀਕ ਆ, ਇਹ ਉਹਦਾ ਹੱਕ ਹੈ।
ਕਿਉਂਕਿ ਮੌਲਵੀ ਦੇ ਮੁਕਾਬਲੇ 'ਚ ਮੌਲਵੀ, ਅਗਰ ਕੋਈ ਮੁਫਤੀ ਤਹਿਕੀਕ ਕਰੇ, ਦੂਜਾ ਮੁਫਤੀ ਕਵੇ ਮੇਰੀ ਤਹਿਕੀਕ ਆਏ, ਉਹਦਾ ਹੱਕ ਹੈ। ਅਗਰ ਕੋਈ ਫਕੀਰ ਤਹਿਕੀਕ ਕਰੇ, ਦੂਜਾ ਫਕੀਰ ਕਵੇ ਮੇਰੀ ਤਹਿਕੀਕ ਆਏ, ਉਹਦਾ ਹੱਕ ਹੈ। ਅਗਰ ਕੋਈ ਸ਼ੇਖੁਲ ਕੁਰਾਨ ਤੇ ਸ਼ੇਖੁਲ ਹਦੀਸ ਤਹਿਕੀਕ ਕਰੇ, ਦੂਜਾ ਕਵੇ ਮੇਰੀ ਤਹਿਕੀਕ ਆਏ, ਉਹਦਾ ਹੱਕ ਹੈ। ਬਈ ਮੌਲਵੀ ਦੇ ਮੁਕਾਬਲੇ 'ਚ ਮੌਲਵੀ ਦੀ ਤਹਿਕੀਕ, ਮੁਫਤੀ ਦੇ ਮੁਕਾਬਲੇ 'ਚ ਮੁਫਤੀ ਦੀ ਤਹਿਕੀਕ, ਸ਼ੇਖੁਲ ਕੁਰਾਨ ਦੇ ਮੁਕਾਬਲੇ 'ਚ ਸ਼ੇਖੁਲ ਕੁਰਾਨ, ਸ਼ੇਖੁਲ ਹਦੀਸ ਦੇ ਮੁਕਾਬਲੇ 'ਚ ਸ਼ੇਖੁਲ ਹਦੀਸ, ਫਕੀਰ ਦੇ ਮੁਕਾਬਲੇ 'ਚ ਫਕੀਰ, ਤੇ ਰੱਬ ਤੋਂ ਇਲਾਵਾ, ਅੱਲਾ ਤੋਂ ਇਲਾਵਾ ਕੋਈ ਅੱਲਾ ਹੋਰ ਹੈ? ਬੋਲੋ ਨਾ ਜ਼ਰਾ, ਅੱਲਾ ਕੋ ਹੋਰ ਹੈ? ਅੱਲਾ ਹੋਰ ਹੈ ਹੀ ਕੋਈ ਨਹੀਂ, ਤੇ ਅੱਲਾ ਨੂੰ ਮੰਨਣ ਵਾਲਿਆ ਦੂਜੀ ਤਹਿਕੀਕ ਦੀ ਲੋੜ ਹੀ ਕੋਈ ਨਹੀਂ। ਬਹਿਸ ਮੁਨਾਜ਼ਰਾ ਛੱਡੋ, ਅੱਲਾ ਜੋ ਫਰਮਾਂਦਾ ਪਿਆ ਉਹਦੇ 'ਚ ਸ਼ੱਕ ਕੋਈ ਨਹੀਂ। ਜਦੋਂ ਅੱਲਾ ਨੇ ਫਰਮਾਇਆ ਤਹਿਕੀਕ, ਸ਼ੱਕ ਨਾ ਕਰਿਆ ਜੇ, ਇਹ ਤਹਿਕੀਕ ਤੇ ਈਮਾਨ ਰੱਖਿਆ ਜੇ, ਤੇ ਐਵੇਂ ਕਿਸੇ ਕੋਲੋਂ ਮਸਲਾ ਪੁੱਛਣ ਦੀ ਲੋੜ ਹੀ ਕੋਈ ਨਹੀਂ। ਜਿਹੜੀ ਕੁਰਾਨ ਦੀ ਆਇਤ ਹੈ ਤੇ ਰੱਬ ਤਹਿਕੀਕ ਫਰਮਾਂਦਾ ਪਿਆ, ਤੇ ਆਂਦਾ ਤੂੰ ਸ਼ੱਕ ਵੀ ਨਹੀਂ ਕਰਨਾ। ਹੁਣ ਰੱਬ ਨੂੰ ਤੇ ਉਹ ਮੰਨਦਾ ਏ ਜਿਹੜਾ ਉਹ ਗੱਲ ਮੰਨ ਲਵੇ, ਬਲਕਿ ਮੈਂ ਕਹਾਂਗਾ ਸਮਝ ਆਏ ਤਾਂ ਵੀ ਮੰਨ ਲਿਆ ਜੇ, ਨਾ ਸਮਝ ਆਏ ਤਾਂ ਵੀ ਮੰਨ ਲਿਆ ਜੇ। ਦੇਖੋ ਮੈਂ ਇੱਕ ਲਵਰ ਫਿਰ ਕਹਿਣ ਲੱਗਾ, ਸਮਝ ਆਈ ਤਾਂ ਵੀ ਮੰਨ ਲਿਆ ਜੇ, ਨਾ ਸਮਝ ਆਈ। ਹੁਣ ਤੁਸੀਂ ਆਖੋਗੇ ਜੇ ਸਮਝ ਹੀ ਨਾ ਆਏ ਤੇ ਕਿਵੇਂ ਮੰਨੀਏ? ਦੇਖੋ ਕੁਝ ਜ਼ਰੂਰੀ ਨਹੀਂ, ਇਹ ਮੇਰੀ ਗੱਲ ਨੂੰ ਤਵੱਜੋ ਨਾਲ ਸੁਣੋ, ਜ਼ਰੂਰੀ ਨਹੀਂ ਹਰ ਗੱਲ ਸਾਡੀ ਸਮਝ 'ਚ ਆਏ, ਸੱਸੀ ਹੋਈ ਨਹੀਂ, ਜ਼ਰੂਰੀ ਨਹੀਂ ਹਰ ਗੱਲ ਪੂਰੀ ਦੁਨੀਆ ਦੀ ਸਮਝ 'ਚ ਆਏ। ਕੁਝ ਮਕਾਮ ਐਸੇ ਵੀ ਨੇ ਜਿਹੜੀਆਂ ਕਾਇਨਾਤ ਦੀਆਂ ਸਮਝਾਂ 'ਚ ਉੱਚੀਆਂ ਗੱਲਾਂ ਨੇ। ਦੇਖੋ ਨਾ, ਕੰਪਿਊਟਰ ਦੌਰ ਹੈ, ਸਾਇੰਸ ਅਰੂਜ ਤੇ ਵੇ, ਬੜੀਆਂ ਬੜੀਆਂ ਤਹਿਕੀਕਾਂ ਹੋ ਰਹੀਆਂ ਨੇ ਤੇ ਬੜੇ ਬੜੇ ਚੀਜ਼ਾਂ ਬਣ ਰਹੀਆਂ ਨੇ, ਮਗਰ ਮਸ਼ਰਕ ਤੋਂ ਲੱਗ ਕੇ ਮਗਰਬ ਤੱਕ, ਸ਼ਮਾਲ ਤੋਂ ਲੱਗ ਕੇ ਜਨੂਬ ਤੱਕ, ਨਾ ਕੋਈ ਗੋਰਾ, ਨਾ ਕੋਈ ਕਾਲਾ, ਨਾ ਕੋਈ ਅਰਬੀ, ਨਾ ਕੋਈ ਅਜਮੀ, ਨਾ ਕੋਈ ਸਾਇੰਸਦਾਨ ਤੇ ਨਾ ਕੋਈ ਮੌਲਵੀ, ਇਹ ਸਾਰੇ ਪਾਗਲ ਤੇ ਹੋ ਸਕਦੇ ਨੇ। ਇਹਨਾਂ ਨੂੰ ਸਮਝ ਨਹੀਂ ਆਉਣੀ ਕਿ ਉਂਗਲਾਂ 'ਚੋਂ ਪਾਣੀ ਕਿਵੇਂ ਨਿਕਲਿਆ ਸੀ। ਇਹ ਮਕਾਮ ਅਕਲ ਤੋਂ ਬਾਹਰ ਹੈ, ਇਲਮ ਤੋਂ ਬਾਹਰ ਹੈ, ਰਿਸਰਚ ਤੋਂ ਬਾਹਰ ਹੈ, ਸੋਚ ਤੋਂ ਬਾਹਰ ਹੈ, ਬਲਕਿ ਤਖੈਲ ਤੇ ਤਸੱਵਰ ਤੋਂ ਵੀ ਬਾਹਰ ਹੈ। ਇਹ ਅਕਲ ਨਹੀਂ ਮੰਨੇਗੀ ਕਿ ਦਰਖਤ ਟੁਰ ਕੇ ਕਿਵੇਂ ਆਇਆ, ਰੋੜੇ ਕਿਵੇਂ ਬੋਲੇ। ਇਹ ਕਾਇਨਾਤ ਪੂਰੀ ਦੁਨੀਆ ਦੀ ਅਕਲ ਨਹੀਂ ਮੰਨੇਗੀ ਕਿ ਉਂਗਲਾਂ 'ਚੋਂ ਪਾਣੀ ਕਿਵੇਂ ਨਿਕਲਿਆ। ਇਹ ਦੋ ਬੰਦਿਆਂ ਦਾ ਖਾਣਾ ਸੈਂਕੜੇ ਖਾ ਗਏ, ਨਾ ਰੋਟੀ ਕੱਟੀ ਨਾ ਬੋਟੀ ਕੱਟੀ। ਇਹ ਅਕਲਾਂ ਨਹੀਂ ਮੰਨਦੀਆਂ ਕਿ 21 ਖਜੂਰਾਂ ਕਈ ਸਾਲ ਨਾ ਮੁੱਕਣ, ਲੁੱਦੜੀਆਂ ਜਾਣ ਤੇ ਫਿਰ 21 ਪੂਰੀਆਂ ਹੋਣ, ਬੋਲ ਵੀ ਪੂਰਾ ਰਵੇ ਤੇ ਕਰਜ਼ਾ ਵੀ ਲੈ ਜਾਏ। ਇਹ ਅਕਲਾਂ ਨਹੀਂ ਮੰਨਦੀਆਂ ਕਿ ਇੱਕ ਬੱਕਰਾ ਜ਼ਬਾ ਕੀਤਾ ਜਾਏ, ਉਹਦੀ ਛੋਟੀਆਂ ਛੋਟੀਆਂ ਬੋਟੀਆਂ ਬਣਾ ਕੇ ਪਕਾ ਕੇ ਗੋਸ਼ਤ ਖਾ ਲਿਆ ਜਾਏ, ਉਹਨਾਂ ਸੜੀਆਂ ਤੇ ਟੁੱਕੀਆਂ ਹੱਡੀਆਂ ਤੇ ਮਦੀਨੇ ਵਾਲਾ ਹੱਥ ਲਾਏ ਤੇ ਬੱਕਰਾ ਵੈਰ ਦਿੰਦਾ। ਇਮਾਨਦਾਰੀ ਨਾਲ ਦੱਸੋ, ਇਹ ਅਕਲ ਮੰਨਦੀ ਹੈ? ਉੱਚਾ ਬੋਲੋ, ਬੱਚੇ ਬੂੜੇ ਬਿਮਾਰ ਨਾ ਬੋਲੋ, ਬਾਕੀ ਬੋਲੋ। ਦੇਖੋ ਇਹ ਤੇਰਾ ਫਰਮਾਂਦਾ ਤਿਲ ਕਰ ਰਸੂਲੋ ਫਦਲਨਾ ਬਾਦਾ ਮਲਾ ਬਾਦ ਮਿਨਹੁਮ ਮਨ ਕੱਲਮ ਅੱਲਾਹ ਵਰਫਾ ਬਾਦਮ ਦਰਜਾਤ। ਇਹ ਤੇ ਉਹਦਾ ਮਕਾਮ ਹੈ, ਸਾਰਿਆਂ ਨਬੀਆਂ ਰਸੂਲਾਂ ਦਾ ਮਕਾਮ ਇੱਕ ਪਾਸੇ, ਹਜ਼ੂਰ ਦਾ ਮਕਾਮ ਇੱਕ ਪਾਸੇ। ਇਹ ਤੇ ਮੈਂ ਹਜ਼ੂਰ ਦੀ ਗੱਲ ਕਰਨਾ, ਯਕੀਨ ਕਰੋ। ਆਓ ਇੱਕ ਨਬੀ ਦੇ ਉਮਤੀ ਦਾ ਮਕਾਮ ਸੁਣੋ, ਸੁਲੇਮਾਨ ਅਲੈਹਿ ਸਲਾਤੁ ਵਸਲਾਮ ਦਾ ਉਮਤੀ। ਦੇਖੋ ਅੱਲਾ ਨੇ ਕਿੰਨੀ ਸ਼ਾਨ ਦਿੱਤੀ ਹੈ। ਸੁਲੇਮਾਨ ਅਲੈਹਿ ਸਲਾਤੁ ਵਸਲਾਮ ਦੀ ਬਾਰਗਾਹ 'ਚ ਖਲੋ ਕੇ ਆਂਦਾ ਹੈ, ਆਨਾ ਆਤੀ ਕਬਹੀ ਕਬਲਾ ਅਈ ਯਰ ਤਦਾਈ ਲਈ ਕਤਰ ਫੁਕ। ਸ਼ਾਮ ਤੇ ਯਮਨ ਦਾ ਫਾਸਲਾ ਹੈ, ਹਜ਼ਾਰਾਂ ਮੀਲਾਂ ਦਾ ਸਫ਼ਰ ਹੈ, 40 ਗਜ਼ ਚੌੜਾ ਤਖ਼ਤ ਹੈ, 70 ਜਾਂ 80 ਗਜ਼ ਲੰਬਾ ਹੈ। ਅੱਲਾ ਨੇ ਇੱਕ ਨਬੀ ਦੇ ਉਮਤੀ ਨੂੰ ਵੇਖੋ ਕਿੰਨੀ ਸ਼ਾਨ ਦਿੱਤੀ। ਉਹ ਖਲੋ ਕੇ ਆਂਦਾ, ਅੱਲਾ ਦਾ ਕੁਰਾਨ ਗਵਾਏ, ਆਨਾ ਆਤੀ ਕਬਹੀ ਕਬਲਾ ਅਈ ਯਰ ਤਦਾ ਲਈ ਕਤਰ ਫੁਕ। ਅੱਲਾ ਦੇ ਨਬੀ, ਉਹ ਮੈਂ ਤਖ਼ਤ ਲਿਆਉਨਾ ਕਿੰਨੀ ਦੇਰ 'ਚ? ਅੱਖ ਚਮਕਣ ਤੋਂ ਪਹਿਲਾਂ। ਯਾਰੋ
دنیا پاگل ہو جائے گی، انہوں یہ سمجھ نہیں آئے گی اک چمکن تو پہلے تخت کیویں آیا۔ میں یہی گل سمجھانا چاہنا، حضور دی ذات تے بحث نہ کریا کرو، ایک نبی دا امتی دا مقام نہیں تو سمجھ سکدا، تے نبیاں دے سردار دے مقام نو کی سمجھے گا؟ تو تے ایک نبی دے امتی دے مقام نو نہیں سمجھ سکدا۔ بھائی یہی کہو گے نا حضور دا معجزہ ہے، یہی کہو گے نا، تے جیہدا ایک معجزہ کائنات نہیں سمجھ سکدی او دی ذات تے مناظرے کیوں کردے ہو؟ او ذات تے مناظرے تے بحث کر کے پنڈاں چ لڑائیاں کیوں پوندے ہو؟ صرف کھلاں واسطے تے چندے واسطے تے ٹکر واسطے پڑھنا کلمہ تے ذات تے بحث کرنی ہے حضور دی، جدیاں حداں نوں سدرہ والا نہیں جاندا، تے سدرہ والا سدرہ والا تے جاندا نہیں تے حجرے والا کھلون نہیں دیندا۔ کیا کسے مولوی کول اتنا علم ہے وہ نبی دی حد بیان کرے؟ کیا مولوی کول اتنا علم ہے وہ نبی دے علم دی حد بیان کرے، مقام دی حد بیان کرے، درجات دی حد بیان کرے، معجزات دی حد بیان کرے؟ میرے بزرگو دوستو، اے جیاں لوگاں لڑائیاں کرانے والے تو بچو، بحث کرنی، مناظرے کرنے، کلمہ پڑھ کے نبی پاک دی ذات تے بحث کرنی، تنقید کرنی، حداں بیان کرنے واسطے، اے کوئی دین دی خدمت نہیں، اے کوئی دین دا پیغام نہیں۔ جے دین دی خدمت کرنا چاہنا ہے تے برائی دی مذمت کر، جے دین دی خدمت کرنا چاہنا ہے شراب دی مذمت کر، جے دین دی خدمت کرنا چاہنا ہے ہر برے عمل دی مذمت کر۔ اے کیڑی دین دی خدمت ہے کہ پنڈا شہراں چ لڑائیاں ہون؟ نبی نور ہے کہ بشر ہے؟ او تینوں کلمہ پڑھ کے جرات تو کیویں کرنا پیا؟ کون بے ایمان ہے جڑا نبی دی بشریت دا انکار کردا ہے پر انج دا بشر نہ سمجھ جویں تو تے میں لگے پھرنے ہاں؟ او نبی دی بشریت والی غور کرے گا تے اوے جڑا سوٹی نو ہتھ لائے تے نور بنا دے وے، جڑے گلیاں چ ٹرے تے دیواراں چمکن۔ حقیقت نور دا کیوں انکار کرنا ہے؟ نہ نور دا انکار کر نہ بشریت دا انکار کر۔ تیرے کول علم ہے تے حضور کول کوئی نہیں، ذرا سوچ تے صحیح۔ تینوں رب نے بڑا علم دتا ہے تے حضور نو کون نے دتا؟ اے بڑی چھیتی من جاندے ہو کہ شیطان وسوسے پاندا ہے، شیطان تے تیری نیت نو بھی جاندا ہے۔ نماز پڑھن چلا ہے، اے بیمار پرسی کرن چلا ہے، اے کسے نیک کم چلا ہے، اے اٹھ کے نماز، وہ وسوسے پاندا ہے۔ شیطان تے تیری نیت نو جاندا ہے تے مدینے والا نہیں جاندا۔ اے مسیح تے آنا ہے کہ نال نال کھوو شیطان آ جاندا ہے، شیطان نو آدھر نادھر من لینا ہے، اللہ دے محبوب نو کیوں نہیں مندا؟ اے کیڑے دین دی خدمت ہے فتوے لانے، حضور دی ذات تے بحث کرنی؟ جنہ ہو سکے نمازاں پڑھو، ہو سکے تہجد تے اشراق تے وابین پڑھو، درود شریف پڑھیا کرو، حضور دیاں شاناں بیان کریا کرو۔ اور ہاریا نیا ایوے کے بعد اس خدا بزرگ تھی، قصہ مختصر داستان حسن جب پھیلی تو لامحدود تھی، جب سمٹی تو رسول پاک ہو کر رہ گئی۔ خدا تو بعد پوری خدائی اندر اینی شان کسے نو ملی ہوئی نہیں جڑی اللہ نے اپنے محبوب نو عطا فرما چھڑی۔ تینوں اپنی پیڑی دا مالک بنایا سو کہ نہیں، گھر دا مالک بنایا سو کہ نہیں، باغاں دا مالک بنایا سو کہ نہیں، دکان دا مالک بنایا سو کہ نہیں، تینوں مارکیٹاں دا مالک بنایا کو نہیں سو؟ کسے نو قلعیاں دا، کسے نو مربیاں دا رب نے مالک بنایا ہے؟ تینوں مالک و مختار آکھ دئیے تے شرک نہیں ہوندا؟ وہ جنہیں تینوں مالک و مختار بنایا ہے، قلعیاں دا تے مربیاں دا تے باغاں دا تے ملاں دا تے پلازیاں دا، اسے رب نے اپنے محبوب نو پوری خدائی دا مالک و مختار بنایا ہے۔ تینوں مالک کہہ دئیے تے شرک نہیں، تے حضور نو کہہ دئیے تے شرک ہو جاندا ہے۔ اللہ تعالیٰ حق سنن دی، حق سمجھن دی زداں چھڈ کے، اے زد نال مسئلے دی سمجھ نہیں آؤندی۔ اگر میں زد نال تے تصب نال بیان کراں تے میرے جڈا برا بندہ کوئی نہیں، مسیتی بہ کے تصب کولو کام لواں، تم ہی گل سننی ہے تے حضور دا غلام بن کے سن۔ اللہ تعالیٰ حضور دا صدقہ
ਹੱਕ ਕਰ ਹੱਕ ਸੁਣੀਏ, ਹੱਕ ਪੜ੍ਹੀਏ, ਹੱਕ ਹੱਕ 'ਤੇ ਅਮਲ ਕਰੀਏ। ਲਾਕਾਤ ਜਿੱਥੇ ਰੱਬ ਦੀ ਤਹਕੀਕ ਆ ਜਾਏ, ਜਿਹੜੀ ਬਾਤ ਕੁਰਾਨ ਅੰਦਰ ਰੋਜ਼ੇ ਰੋਸ਼ਨ ਦੀ ਤਰ੍ਹਾਂ ਹੋਵੇ, ਕਿਸੇ ਹਵਾਲੇ ਦੀ ਲੋੜ ਨਹੀਂ। ਜਿਹੜੀ ਬਾਤ ਸ੍ਰੀ ਨਬੀ ਪਾਕ ਦੀ ਹਦੀਸ ਮੌਜੂਦ ਹੋਵੇ, ਇੱਕ ਕਰੋੜ ਹਵਾਲੇ ਇੱਕ ਪਾਸੇ ਹੋਣ, ਜਲਾ ਦੋ ਉਨ ਕਿਤਾਬੋਂ ਕੋ ਜੋ ਕੁਰਾਨ ਕੀ ਆਯਤੋਂ ਕੇ ਖਿਲਾਫ ਹੈ, ਜਲਾ ਦੋ ਉਨ ਕਿਤਾਬੋਂ ਕੋ ਜੋ ਨਬੀ ਕੇ ਫਰਮਾਨ ਕੇ ਖਿਲਾਫ ਹੈ। ਜਿਹੜੀ ਚੀਜ਼ ਅੱਲਾਹ ਦੇ ਕੁਰਾਨ 'ਚ ਮੌਜੂਦ ਹੈ, ਹਜ਼ੂਰ ਦੇ ਫਰਮਾਨ 'ਚ ਮੌਜੂਦ ਹੈ, ਸਾਹਬਾ ਦੇ ਅਕੀਦੇ 'ਚ ਮੌਜੂਦ ਹੈ, ਸਾਨੂੰ ਕਿਸੇ ਹਵਾਲੇ ਦੀ ਲੋੜ ਨਹੀਂ। ਜਦੋਂ ਅੱਲਾਹ ਨੇ ਕੁਰਾਨ 'ਚ ਫਰਮਾ ਦਿੱਤਾ ਹੈ, ਹਜ਼ੂਰ ਨੇ ਆਪਣੇ ਫਰਮਾਨ 'ਚ ਫਰਮਾ ਦਿੱਤਾ। ਗੱਲ ਸਮਝੋ, ਅਜੇ ਜਿਹੜਾ ਮਸਲਾ ਮੈਂ ਕਰਨਾ ਅਜੇ ਕੋਈ ਨਹੀਂ ਕੀਤਾ, ਅਜੇ ਤੇ ਤੁਹਾਨੂੰ ਮੈਂ ਕਹਿਣਾ ਲਾਕਾਦ ਜਿਹੜੀ ਮੈਂ ਗੱਲ ਕਰਨ ਲੱਗਾ ਕੁਰਾਨ ਦੇ ਮੁਤਾਬਕ, ਕੁਰਾਨ ਦੀ ਆਇਤ ਹੈ। ਸੋਚਣਾ, ਕਈ ਬੰਦੇ ਮਸਲਾ ਪੁੱਛਦੇ ਰਹੇ ਤੇ ਆਉਂਦੇ ਨੇ ਜੀ ਸਾਡੀ ਅਕਲ ਨਹੀਂ ਮੰਨਦੀ, ਪਰ ਤੇਰੀ ਨਹੀਂ ਮੰਨਦੀ ਤੇ ਤੂੰ ਇਮਾਮ ਆਜ਼ਮ ਹੈ, ਤੇਰਾ ਜ਼ਿਹਨ ਨਹੀਂ ਮੰਨਦਾ ਤੇ ਨਾ ਮੰਨੇ। ਇੱਕ ਆਮ ਮੇਰੇ ਜਿਹੇ ਬੰਦੇ ਦੀ ਜਾਂ ਤੇਰੇ ਜਿਹੇ ਬੰਦੇ ਦੀ ਦੀਨ 'ਚ ਹਸੀਅਤ ਕੀ ਹੈ? ਹੁਣ ਮੈਂ ਹੀ ਆਖਾਂ ਜੀ ਮੇਰਾ ਜ਼ਿਹਨ ਨਹੀਂ ਮੰਨਦਾ ਤੇ ਮੈਂ ਕੋਈ ਇਮਾਮ ਹਾਂ, ਮੈਂ ਕੋਈ ਹੁਜਤ ਹਾਂ, ਹੁਜਤੁਲ ਇਸਲਾਮ ਹਾਂ ਮੈਂ। ਮੈਂ ਤੇ ਬਾਬਾ ਉਹ ਸੁਣਾਨਾ ਪਿਆ ਜਿਹੜਾ ਅਕਾਬਰੀਨ ਨੇ ਵਜ਼ਾਹਤ ਕੀਤੀ ਹੈ, ਅੱਲਾ ਦੇ ਕੁਰਾਨ ਨੇ ਬਿਆਨ ਕੀਤਾ, ਹਜ਼ੂਰ ਨੇ ਫਰਮਾਨ ਨੇ ਬਿਆਨ ਕੀਤਾ। ਮੇਰਾ ਹੱਕ ਹੈ ਉਹ ਬਿਆਨ ਕਰਨਾ, ਮੇਰੀ ਦੀਨ 'ਚ ਹਸੀਅਤ ਨਹੀਂ, ਮੈਂ ਕੋਈ ਹੁਜਤ ਨਹੀਂ। ਇੱਕ ਪਾਸੇ ਮੇਰਾ ਅਮਲ ਹੁਜਤ ਹੈ, ਕਈ ਬੰਦੇ ਐਵੇਂ ਕਹਿੰਦੇ ਮੇਰਾ ਦੇ ਨਹੀਂ ਮੰਨਦਾ, ਨਾ ਮੰਨੇ। ਤੇਰੀ ਦੀਨ 'ਚ ਹਸੀਅਤ ਕੀ ਹੈ? ਤੇਰਾ ਦੀਨ 'ਚ ਮਕਾਮ ਕੀ ਹੈ? ਇਹ ਉਹ ਗੱਲ ਕਰੇ ਜਿਹੜਾ ਹੁਜਤ ਹੈ, ਤੇ ਹੁਜਤ ਤੇ ਫਿਕਾ ਚੀ ਨੇ, ਅਕਾਇਦ ਤੇ ਹੁਜਤ ਹੈ ਹੀ ਕੋਈ ਨਹੀਂ। ਕਿਆ ਸਮਝੋਗੇ ਮੈਂ ਕੀ ਕਹਿ ਰਿਹਾ? ਬੱਟੀ ਸਾਹਿਬ ਮੈਂ ਗਲਤ ਨਹੀਂ ਕਿਹਾ, ਹੈ ਜੀ? ਤੁਹਾਨੂੰ ਕੀ ਪਤਾ, ਹੁਣ ਤੇ ਗਲੀ ਗਲੀ ਅਸੀਂ ਮੁਕੱਲਤ ਬਣੇ ਬੈਠੇ ਹਾਂ, ਗਲੀ ਗਲੀ ਇੱਕ ਇੱਕ ਪਿੰਡ 'ਚ ਬਣੇ ਹਾਂ, ਇੱਕ ਇੱਕ ਇਲਾਕੇ 'ਚ ਤਰੀਆਂ ਥਾਂ 'ਤੇ ਅਸੀਂ ਮੁਕੱਲਤ ਬਣੇ ਹਾਂ। ਜਿਹਨੂੰ ਵੇਖੋ ਪਹਿਲਾਂ ਵੇਖੋ, ਵੇਖੋ ਪਹਿਲਾਂ ਇਹਦੇ ਹੱਲ, ਇਹ ਮਦੀਨੇ ਵਾਲੇ ਦਾ ਸੱਚਾ ਗੁਲਾਮ ਹੈ? ਇਹਦਾ ਅਕੀਦਾ ਕੁਰਾਨ ਹਦੀਸ ਦੇ ਮੁਤਾਬਕ ਇਹਦੇ ਠੀਕ ਹੈ? ਅਗਰ ਨਹੀਂ ਤਾਂ ਜਾਏ ਲਾਕਾਦ, ਡਬਲ ਤਕੀਦ ਹੈ। ਹੁਣ ਅੱਗੇ ਜੋ ਰੱਬ ਨੇ ਫਰਮਾਇਆ ਉਹਦੇ 'ਚ ਸ਼ੱਕ ਕਰਨਾ ਵੀ ਮਨਾ ਹੈ। ਸਮਝ ਆ ਗਈ ਜੇ ਗੱਲ ਦੀ? ਕੋਈ ਨਾ, ਸੱਚੀ ਗੱਲ ਆ ਜੇ ਗੱਲ ਦੀ ਸਮਝ ਆਈ ਲਾਕਾਦ। ਅੱਗੇ ਜੋ ਮੈਂ ਬਿਆਨ ਕਰਨਾ ਕਿ ਕੁਰਾਨ ਦੀ ਆਇਤ, ਉਹਦੇ ਇਨਕਾਰ ਨਹੀਂ ਸ਼ੱਕ ਕਰਨਾ ਵੀ ਮਨਾ ਹੈ। ਸ਼ੱਕ ਵੀ ਕਰੇਗਾ ਤੇ ਲਾਕਾਦ ਦਾ ਇਨਕਾਰ ਹੋ ਜਾਣਾ। ਹੁਣ ਖੁਦ ਮੈਂ ਤੇ ਮੁਫਤੀ ਨਹੀਂ ਤੇ ਨਾ ਮੈਂ ਫਤਵੇ ਲਾਉਂਦਾ ਹੁੰਦਾ ਤੇ ਨਾ ਮੇਰੇ ਕੋਲ ਮਸ਼ੀਨ ਇੱਕ ਫਤਵੇ ਵਾਲੀ, ਮੈਂ ਤੇ ਗੁਨਾਹਗਾਰ ਜਿਹਾ ਬੰਦਾ ਵਾਂ। ਉਂਝ ਫਤਵਾ ਲੱਗ ਜਾਂਦੀ ਜੇ ਲਾਕਾਦ ਦਾ ਇਨਕਾਰ ਕੀਤਾ ਤੇ। ਸਮਝ ਆਉਂਦੀ ਜੇ? ਕੋਈ ਨਾ, ਲਾਕਾਦ ਰੱਬ ਫਰਮਾਂਦਾ ਜੋ ਮੈਂ ਬਿਆਨ ਕਰਨ ਲੱਗਾ ਤਹਿਕੀਕ ਤਹਿਕੀਕ, ਇਹਦੇ ਸ਼ੱਕ ਨਾ ਕਰਿਆ ਜੇ, ਜੇ ਮੈਨੂੰ ਰੱਬ ਮੰਨਦੇ ਹੋ ਤੇ ਕੁਰਾਨ ਨੂੰ ਮੰਨਦੇ ਹੋ ਤੇ ਮੰਨ ਲਿਆ ਜੇ। ਹੁਣ ਉਹ ਰੱਬ ਕੀ ਬਿਆਨ ਫਰਮਾਉਣ ਲੱਗਾ ਉਹ ਸੁਣੋ। ਅੱਲਾ ਫਰਮਾਇਆ ਲਾਕਾਦ ਮਨ ਅੱਲਾਹੁ ਅਲਲ ਮੁਮਿਨੀਨਾ ਇਜ਼ ਬਾਸਾ ਫੀਹਿਮ ਰਸੂਲਾ। ਹੁਣ ਸੁਣੋ, ਅੱਲਾ ਫਰਮਾਉਂਦਾ ਤਹਿਕੀਕ ਤਹਿਕੀਕ, ਮੈਂ ਮੋਮਨਾ ਤੇ ਇਹਸਾਨ ਕੀਤਾ। ਤਵੱਜੋ ਚਾਹਨਾ, ਤਹਿਕੀਕ ਤਹਿਕੀਕ, ਮੈਂ ਮੋਮਨਾ ਤੇ ਇਹਸਾਨ ਕੀਤਾ। ਕਾਦਾ ਇਜ਼ ਬਾਸਾ ਫੀਹਿਮ ਰਸੂਲਾ, ਕਿ ਮੋਮਨਾ ਦੇ ਵਿੱਚ ਸ਼ਾਨ ਵਾਲਾ ਰਸੂਲ ਭੇਜਿਆ। ਮੋਮਨਾ ਦੇ ਵਿੱਚ ਸ਼ਾਨ ਵਾਲਾ, ਗੱਲ ਸਮਝੋ, ਮੋਮਨਾ ਦੇ ਵਿੱਚ ਸ਼ਾਨ ਵਾਲਾ ਰੱਬ ਆਂਦਾ ਇਹਦੇ 'ਚ ਸ਼ੱਕ ਨਾ ਕਰੀ, ਮੈਂ ਆਪਣਾ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਬੇਈਮਾਨਾਂ 'ਚ ਨਹੀਂ ਘੱਲਿਆ, ਮੈਂ ਮੋਮਨਾ 'ਚ ਘੱਲਿਆ ਹੀ। ਮੋਮਨਾ 'ਚ
जिन्ना चे आया ना उन्ना दे ईमान ते शक ना करी। जे मेनू अल्लाह मनने मेरी तुही ते ईमान रखने ते इस गल ते ईमान रखी मेरा महबूब बेईमाना च नहीं इस बासफी हिम रसूला मैं मोमना दे विच कलियाई ए शक ना करी ए मन्नी के रब ने महबूब मोमना च कलिया है मतलब ए वे मेरे नबी दी मां दे ईमान च भी शक ना करी मेरे नबी दे बाप दे ईमान च भी शक ना करी। तकबीर नारा रिसालत नारा हैदरी जश्न मिलादुल नबी। गल समझ आई जे के कोई ना नबी पाक सल्लल्लाहु अलैहि वसल्लम ने इरशाद फरमाया मैं पाक पुश्तां ते पाक रहमां च मुंतकिल हुंदा आया मेरा किसे बेईमान काफर पलीत नाल कोई तल्लक है ही नहीं। देखो मैं कुरान दी आयत दा तर्जमा कीता है हजरत तवज्जो करो गालां गुलां मैं नहीं कदी कड्डियां ते फतवे वाली मशीन मेरे को कोई नहीं सैयदा होका पिया देना तवज्जो नाल सुन लो तवज्जो नाल मैं कुरान दी आयत होर भी पढ़नी है जे मगर मैं एक कैदे तबलीग बात करना पिया माइक ते तुसी बुजुर्ग बच्चे जवान सुन दियो पै कुरान पाक दी एक कैद एक कयामत तक कोई पढ़ ही नहीं सकता जिदा ए तर्जमा होवे के नबी पाक दे वालदैन मोमन नहीं कुरान च कोई आयत नहीं। बोलो कुरान च कुछ ही बोलो कुरान च एक करी फिर बोलो कुरान च अगे चलो नबी पाक सल्लल्लाहु अलैहि वसल्लम दी एक हदीस एक एक सही हदीस कयामत तक तनु हदीस दियां किताबां चो नहीं मिलेगी जिदा ए माना होवे हजूर ने फरमाया होवे कि मेरे वालदैन मुसलमान नहीं ना कुरान च ना बोलो ना कुरान च एक लख ते कई हजार साहबा किसे एक दा फरमान तुहानू नहीं लभ सकदा कि हजूर दे साहबा ने कहा होवे कि हजूर दे वालदैन मोमन नहीं सन। हुण तुसी दसो ना कुरान च होवे ना हदीस च होवे ना किसे साहबी ने कहा होवे ना किसे हजूरी ने कहा होवे ते हुण कोई बंदा नबी दे वालदैन दे ईमान ते शक चा करे या इनकार करे ते फिर उम्मीद रखे कि न मैं उम्मत मुस्तफा चुठांगा हजूर सल्लल्लाहु अलैहि वसल्लम मेरी शफात फरमाउणगे ते ओदी भोली है ना ओ तेरी मां ते बाप नू कोई बुरा आखे तुहाडे च कोई बंदा भी उन्हूं बर्दाश्त नहीं करेगा भावे ओ किन्ने तलक आला अजीज होवे ओ आखेगा कौन होवे मेरी मां दी बेअदबी करन वाला कौन होवे मेरे बाप नू बुरा कहन वाला माड़ा भी होवे मारे ना ते गल लग के मर जाएगा आखेगा मेरे मां बाप नू बुरा कहन वाले आ तू कौन है सोच कर मैं जे तबलीग कहना सजे भी वेला है गौर कर लो जे तेरे ते मेरे च इनी गैरत है वे ते हजूर नू की समझना है ओए नबी दे वालदैन दा मुनकर हो जाए तेनू हजूर किवें पसंद करनगे हजूर तेनू किवें कबूल करनगे शफात ते दूर दा मसला है और तेरा ते हशर भी मोमना च नहीं होना जिन्हें नबी दे वालदैन ते तराज कीता जे राजी करना ही ते नबी दे वालदैन दा गुलाम बन जा ए केड़ी दीन दी खिदमत है नबी दे वालदैन ते फतवे लाने ए दीन दी तबलीग है। सुनो कुरान दी आयत सुनिए
اللہ تعالیٰ نے قرآن کریم اندر ارشاد فرمایا، اللہ فرماندا انما یرید اللہ لیذہب عنکم الرجس اہل البیت ویطہرکم تطہیرا. اللہ فرماندا ہے میرے محبوب دے گھر والے ہر پلیتی تو پاک نے. بولو ہر پلیتی تو پاک نے. نبی پاک صلی اللہ علیہ وسلم دے اہل بیت ہر پلیتی تو پاک نے. اے بار بار خوانا پیا کہ توجہ میرے وار رکھو، میں کی آنا پیا، ایک نالے تانوں ثواب پیا ملدا ہے جو منہ کڈیے لکھیا جاندا ہے، نالے گل سن لو. حضور صلی اللہ علیہ وسلم دے گھر والے ہر پلیتی تو پاک نے. ایک جملہ یاد رکھیا جے، رب دی غیرت ایک گوارا نہیں کر دی. کوئی پلیت او نبی پاک دا بوا وی لنگے، رب دی غیرت ایک گوارا نہیں کر دی. کوئی پلیت نبی پاک دا بوا وی لنگے. جڑے حضور دے گھر آ گئے، جڑے نبیاں دے سردار دے گھر آ گئے، اور جتے حضور دے قدم لگے نے اس ویڑے چ آ گئے، اس کمرے چ آ گئے. رب فرماندا ہے وہ ہر پلیتی تو پاک نے. مینو دسو گھر والے تے ہر پلیتی تو پاک نے، تے حضور ہر پلیتی تو پاک نہیں؟ ذرا سوچو، کھیتی باڑی تے توجہ کر دیو، اپنے کاروبار تے توجہ کر دیو، اس گل تے بھی توجہ کرو. جدے گھر والے ہر پلیتی تو پاک نے، اس سونے نبی دا اپنا کی مقام ہوئے گا؟ اہل بیت دی شان حضور دا صدقہ ہے. اہل بیت دا صدقہ حضور دی شان نہیں، حضور دا صدقہ شانہ ملیا نے. نبی پاک دے گھر والیاں دے نیڑے تے پلیتی نہیں آ سکدی. اپنے ذہناں نو مسلمانوں پوچھ کے مینوں دسو، کیا حضور دے نیڑے پلیتی آ سکدی ہے؟ اچھی بولو، حضور دے نیڑے پلیتی آ سکدی ہے؟ اچھی بولو، حضور دے نیڑے پلیتی آ سکدی ہے؟ تے پھر من نا، جدے گھر والے ہر پلیتی تو پاک نے، او میرا نبی بدرجے اولا ہر پلیتی تو پاک ہے. جیڑا نبی دے ویڑے چا جائے او پاک ہے. جدے بدن چ رسول ہے اس ماں دا کی مقام ہے، جس گود چ رسول ہے او دا کی مقام ہے، جدے موڈیاں تے رسول ہے او دا کی مقام ہے. اللہ نے دو دوواں چوں ایک مننی پینی ہے میرے بزرگو، دوستو، عزیزو، دوواں چوں ایک مننی پینی ہے. نقل کفر کفر نہ باشد. اللہ لا تعداد والی ساڈی توبہ گل سمجھان واسطے کہنا پیا، یا تے کوئی بندہ، کوئی مولوی، کوئی گوئر جیڑا بھی ہے، وہ مینو لکھ کے دے وے تے مجمع چ کہے حضور دے نیڑے ماذ اللہ پلیتی آ گئی. تے جے اے نہیں مندا تے مننے نا، جدے گھر والیاں دے نیڑے پلیتی نہیں آندی، حضور دے نیڑے کیویں آ گئی؟ اوے من نا، والدین پاک نے. دعاں چ ایک گل تاں کرنی چاہیے جی، حضور دے نیڑے پلیتی آ سکدی ہے؟ بولو تے صحیح. پہلے بیت دے نیڑے نہیں آ سکدی، تے حضور دے نیڑے کیویں آ سکدی ہے؟ سنو لوکو، نبی تے کسے پلیت دائی دا دودھ بھی نہیں پیندا. موسیٰ علیہ السلام واسطے کنیاں کدائیاں گئیاں، پیتا او دو پیتا جدو پاک آئی. ادھر کتاباں پڑھو، نہ منن واسطے کوئی دلیل نہیں ہوندی. ایک بندہ دا میں مننا ہی نہیں، میں او دا کی کر سکنا؟ میں تے ایز تبلیغ بات ہی کر سکنا. نہ مننا، مننا تہاڈی اپنی مرضی ہے. فتوے کدی میں لائے نہیں. نو دائیاں گئیاں، نو. اللہ دی قسمیں نبی پاک صلی اللہ علیہ وسلم نے اکھ ہی نہیں کھولی، نبی پاک صلی اللہ علیہ وسلم نے توجہ ہی نہیں کی تھی. وہ دی وجہ ہے کہ نبی کو عام بچہ تو نہیں نا ہوں دا،
نبی نبی ہوتا ہے، نبی عالم رواج بھی نبی ہوتا ہے۔ رب نے عالم رواج فرمایا وَإِذَا خَذَ اللَّهُ مِيثَاقَ النَّبِيِّينَ، نبی عالم رواج بھی نبی ہوتا ہے، نبی ماں دے بطن چ بھی نبی ہوتا ہے۔ اے اودی مرضی اے رب دی، پاویں پنگوڑے چوں اعلان کروائے تے پاویں چالیاں سالاں تو بعد کروائے، نبی کو عام بچہ نہیں ہوتا۔ ان نبی المخبر، ان نبی المخبر، نبی او ہوتا جڑا غیب دیاں خبراں دےوے تے غیب دیاں خبراں لوے۔ ذرا نبی دا معنی تے کریا کر، نبی دا معنی کی ہے؟ نو دائیاں گئیاں، سرکار نے توجہ ہی نہیں کیتی، میرے نبی نے انہاں نوں پسند ہی نہیں کیتا۔ تے جدوں حلیمہ گئیاں، حضرت عبدالمطلب رضی اللہ تعالیٰ کے کھلوتے، بابا جی پتہ لگا ایتھے ایک گھر ہے جڑا اپنے بچے نوں گاؤں بھیجنا چاہندے۔ حضرت عبدالمطلب رضی اللہ تعالیٰ نے یہ نہیں ارشاد فرمایا ہے یا نہیں، فرمایا بی بی تو کون ہے تے تیرا نام کی ہے؟ کیونکہ آپ نو بشارت ہو چکی سی کوئی حلیمہ ہی جی گود چ انو پانا ہی۔ عرض کیتی بابا جی میرا نام حلیمہ، بنو ساتھ نہ میرا تلق ہے۔ فرمایا پھر میرے مگر مگر آ جا، پہلے گئیاں نے نا، حضور نے اکھ نہیں کھولی، حضور دے کمبل نوں وی ہاتھ نہیں لا سکیاں۔ جدوں سیدہ حلیمہ فرماندیاں نے میں گئی نبی دی ماں نوں ملی تے عرض کیتی نہیں آمنہ پاک، پتہ لگا ایتھے بچہ ہے؟ فرمایا ہاں۔ عرض کیتی آمنہ میں تیرے پتر دی زیارت کر لاں؟ فرمایا کمرے چ آرام کردے ہی پیا، کتاباں چاہندا سفید رنگ دا اونی کمبل تھلے تے تاری دار اتے۔ حلیمہ پاک فرماندیاں میں نیڑے ہو کے، اوئے عمرے کرن والے ہو تے حج کرن والے ہو، نبی دا گنبد دوروں دسے تے ٹھنڈ پی جاندی ہے۔ حلیمہ تیرے نصیباں تو صدقے جن نے کمبل دا پردہ چکیا تے تھلے ودھوا دے چہرے دی زیارت پئی کر دی ہے۔ آپ فرما دیئے میں ودھوا دے چہرے نو تکیا تے حضور نے ماں زاگ دے ڈولیاں والی اکھ کھولی، میں حضور دی زیارت پئی کرنی ہاں، حضور نے نظر کرم میرے تے کیتی۔ جدو میں علم نشرا دے سینے تے ہاتھ لایا تے حضور مسکرائے تے مینوں ہر پاسے نور ہی نور پیا نظر آندا سی۔ میں انج ہاتھ کیتے تے نبی نے دوویں باواں کھول دیا، میں سینے نہ لایا تے بڑھاپا ختم ہو گیا، جوانی آ گئی، میرا چہرہ بھی چمکن لگ پیا، دودھ اگے نالوں کئی گنا زیادہ ہو گیا۔ مینوں آمنہ پاک فرماندیاں نے نہیں میرا پتر عام پتر نہیں ہوں، ایڈیاں برکتاں والا ہی ویکھ تیرے نال لگا تے اپنا چہرہ تے ویکھ چمکدا ہی پیا۔ جدی دائی دا اے مقام ہے اودی ماں دا کی مقام ہوئے گا؟ وہ جدی دائی دا اے مقام ہے اس ماں دا کی مقام ہوئے گا؟ وہ جدی دائی دا اے مقام ہے اس ماں دا کی مقام ہوئے گا؟ تینوں کی پتہ ہے اس ماں دے مقام دا؟ اسی مولوی تے پیر اپنے چ بڑے خوش ہو کے آنے ہاں، کوئی والدین کوئی ماں کہندی ہے نہیں میرے پت میں حافظ دی ماں، کوئی آندی ہے میں قاری دی ماں، کوئی آندی ہے میں مولوی دی ماں، کوئی آندی ہے میں علامہ دی ماں، کوئی آندی ہے میں مفکر تے محدث دی ماں، کوئی آندی ہے میں شیخ القرآن تے شیخ الحدیث دی ماں، کوئی آندی میں بہت بڑے مدرس دی ماں، کوئی آندی ہے میں بہت بڑے پیر دی ماں۔ دنیا داراں دے والدین خوش ہوندے نے، کوئی آندے نے ساڈا پتر ایم پی اے، کوئی آندا ساڈا پتر ایم این اے، کوئی آندا ساڈا پتر وزیر تے امیر، کوئی آندے نے ساڈا پتر کرنل تے جرنل، کوئی آندے نے ساڈا پتر وزیر اعلی تے گورنر، کوئی آندا ساڈا پتر صدر تے وزیر اعظم۔ پر یہ ہووے جڑی ماں آندی ہے میں تے نبیاں دے سردار دی ماں ہاں، ختم المرسلین دی ماں ہاں، رحمت للعالمین دی ماں، رب دے محبوب دی ماں، خدا دی خدائی دے بادشاہ۔ نعرہ تکبیر، نعرہ رسالت، نعرہ حیدری، جشن عید میلاد النبی، پیر سید فدا حسین شاہ صاحب۔
ਇਹ ਕਿਹੜੀ ਦੀਨ ਦੀ ਖਿਦਮਤ ਤੇ ਫਤਵੇ ਲਾਣੇ ਨਬੀ ਪਾਕ ਦੇ ਵਾਲਦੈਨ ਤੇ ਜੀ? ਔਰ ਫਿਰ ਮੌਲਵੀ ਸਾਹਿਬ ਬਿਆਨ ਕਰਦੇ ਹਨ, ਉਹ ਮੱਛਲੀ ਜੰਨਤ ਅੰਦਰ ਜਾਏਗੀ, ਉਹ ਮੱਛਲੀ ਜੰਨਤ ਅੰਦਰ ਜਾਏਗੀ। ਮੈਂ ਕਿਹਾ ਮੌਲਵੀ ਸਾਹਿਬ ਕਿਉਂ? ਉਹ ਮੱਛਲੀ ਕਿਤੇ ਇਮਾਮ ਮਸਜਿਦ ਰਹੀ ਏ, ਕਿਤੇ ਜੁਮਾ ਪੜ੍ਹਾਉਂਦੀ ਰਹੀ ਏ, ਕਿ ਉਹ ਮੱਛਲੀ ਕਿਤੇ ਬੱਚਿਆਂ ਨੂੰ ਕੁਰਾਨ ਪੜ੍ਹਾਉਂਦੀ ਰਹੀ ਏ, ਉਹ ਮੱਛਲੀ ਕਿਸੇ ਤਬਲੀਗੀ ਦੌਰੇ 'ਤੇ ਜਾਂਦੀ ਰਹੀ ਏ? ਆਖੇ ਗਏ ਨਹੀਂ ਜੀ, ਉਹ ਮੱਛਲੀ ਇਸ ਵਾਸਤੇ ਜੰਨਤ ਜਾਏਗੀ, ਉਹਦੇ ਬਤਨ 'ਚ ਯੂਨਸ ਅਲੈਹ ਸਲਾਮ ਰਹਿ ਨੇ, ਇਸ ਵਾਸਤੇ ਜੰਨਤ ਜਾਏਗੀ ਜਿਸ ਬਤਨ 'ਚ ਯੂਨਸ ਅਲੈਹ ਸਲਾਮ ਰਹਿਣ, ਉਹ 'ਤੇ ਜੰਨਤ ਅੰਦਰ ਜਾਏਗੀ ਜਿਸ ਬਤਨ 'ਚ ਨਬੀਆਂ ਦਾ ਇਮਾਮ ਤੇ ਸਰਦਾਰ ਹੋਵੇ, ਉਹਨਾਂ ਦਾ ਕੀ ਮਕਾਮ ਹੋਵੇਗਾ? ਗੌਰ ਕਰੋ, ਫਿਰ ਤੁਸੀਂ ਹਦੀਸ ਸੁਣੀ ਹੋਏਗੀ ਉਲਮਾ ਕਰਾਮ ਕੋਲੋਂ, ਉੱਤੋਂ ਜਿਹੜਾ ਬੱਚਾ ਪੜ੍ਹੇ ਨਾ ਕੁਰਾਨ, ਮੌਲੀ ਸਾਹਿਬ ਨੇ ਫੜੀ ਹੁੰਦੀ ਹੈ ਪੱਗ, ਤੇ ਪਹਿਲਾਂ ਆਉਂਦੇ ਨੇ ਮੁਬਾਰਕ ਹੋਵੇ ਜਿਹਨੇ ਕੁਰਾਨ ਪੜ੍ਹਿਆ, ਮੁਬਾਰਕ ਹੋਵੇ ਇਹਦੀ ਮਾਂ ਤੇ ਇਹਦੇ ਪਿਓ ਨੂੰ ਜਿਹਦਾ ਪੁੱਤਰ ਕੁਰਾਨ ਪੜ੍ਹ ਗਿਆ। ਓਏ ਕੁਰਾਨ ਪੜ੍ਹਨ ਵਾਲੇ ਦੇ ਵਾਲਦੈਨ ਦੇ ਮੁਤਲਕ ਤੁਸੀਂ ਉਲਮਾ ਕੋਲੋਂ ਸੁਣਿਆ ਹੋਵੇਗਾ, ਮੌਲਵੀ ਸਾਹਿਬ ਬਿਆਨ ਕਰਦੇ ਨੇ ਇਹਦੀ ਮਾਂ ਨੂੰ ਵੀ ਨੂਰ ਦਾ ਤਾਜ ਮਿਲੇਗਾ, ਉਹਦੇ ਪਿਓ ਨੂੰ ਵੀ ਨੂਰ ਦਾ ਤਾਜ ਮਿਲੇਗਾ। ਸੱਚੀ ਗੱਲ ਇਹ ਵੇ, ਨਿਰਾ ਪੜ੍ਹੇ ਨਾ ਅਮਲ ਕਰਦਾ ਹੋਵੇ, ਸਹੀ ਉਲ ਅਕੀਦਾ ਹੋਵੇ ਅਤੇ ਕੁਰਾਨ ਪੜ੍ਹ ਜਾਏ ਅਤੇ ਅਮਲ ਕਰੇ। ਇਹ ਨਹੀਂ ਕੁਰਾਨ ਪੜ੍ਹ ਕੇ ਦਹਿਸ਼ਤਗਰਦ ਬਣ ਜਾਏ ਅਤੇ ਧਮਾਕੇ ਕਰੇ ਅਤੇ ਤਾਂ ਵੀ ਨੂਰ ਦੇ ਤਾਜ ਮਿਲਣਗੇ, ਨਹੀਂ। ਜੇ ਕੁਰਾਨ ਪੜ੍ਹ ਕੇ ਅਮਲ ਨਾ ਕੀਤਾ, ਹਜ਼ੂਰ ਦਾ ਗੁਸਤਾਖ, ਸਾਹਬਾ ਦਾ ਗੁਸਤਾਖ, ਅਹਿਲੇ ਬੈਤ ਦਾ ਗੁਸਤਾਖ, ਅਜ਼ਵਾਜ ਦੇ ਨਾਲੇ ਨਬੀ